2020 ਦੇ ਮਤਲਬ ਉਹਨਾਂ ਨੇ ਅੱਗ ਲਾਈ ਬਿਲਡਰ ਨੇ ਵੜਨ ਨੂੰ ਤੇ ਹਵਾ ਚੱਲ ਰਹੀ ਸੀ ਤੇ ਹਵਾ ਦੇ ਜੋ ਨਾਲ ਪ੍ਰੈਸ਼ਰ ਪਿਆ ਸਾਰਾ ਦੋਗਲੇ ਗੱਲਾਂ ਛੜਿਆ ਦੋਗਲੇ ਗੱਲਾਂ ਛੜਿਆ ਦੋਗਲੇ ਤੇ ਫਿਰ ਕਿੱਦਾਂ ਅੱਗ ਬੁਝਾਈ ਫਿਰ ਕਿੱਦਾਂ ਅੱਗ ਬੁਝੀ ਨਹੀਂ ਆਈ ਤੇ ਬੜਾ ਜੋਰ ਲਾਇਆ ਫੈਬਰੀ ਦੀ ਗੱਡੀ ਤੇ ਆਈ ਲੇਟ ਜਿਹੜਾ ਅੰਦਰ ਵੜਿਆ ਉਹ ਪੌਣੇ ਤਿੰਨ ਵਜੇ ਆਈ ਉਹ ਪੌਣੇ ਤਿੰਨ ਵਜੇ ਆਈ ਫੈਬਰੀ ਦੀ ਗੱਡੀ ਫਿਰ ਜੂਦ ਤੱਕ ਉਹ ਆਈ ਤੇ ਉੱਤੋਂ ਤੇ ਕੰਮ ਹੋ ਗਿਆ ਫਿਰ ਉਹਨੇ ਪੁੱਛਿਆ ਆਪਣਾ ਐਡਰੈਸ ਵਗੈਰਾ ਲਿਆ ਤੇ ਆਪਣਾ ਫੋਨ ਨੰਬਰ ਵਗੈਰਾ ਲਿਆ ਤੇ ਫਿਰ ਉਹ ਚਲੇ ਗਏ ਵਾਪਸ ਪਿਛਲੇ ਦਿਨ ਵੀ ਇੱਕ ਅੱਗ ਲੱਗੀ ਸੀਗੀ ਸ਼ਹਿਰ ਦੇ ਵਿੱਚ ਮਕੇਰੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਰ ਡਰਾਈਵਰ ਹੈ ਨਹੀਂ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਨਹੀਂ ਪਤਾ ਜੇ ਉਹ ਕਹਿੰਦੇ ਸਾਨੂੰ ਪਤਾ ਕਿਸੇ ਨੇ ਫੋਨ ਕੀਤਾ ਕੀਤਾ ਕਿੰਨੇ ਪਤਾ ਨਹੀਂ ਪਰ ਸਾਨੂੰ ਪੂਰਾ ਐਡਰੈਸ ਦਿੱਤਾ ਸੀ ਗਿਆ ਏਜੰਸੀ ਉਹ ਖੜੇ ਰਹੇ ਆ ਠੀਕ ਹੈ ਤੇ ਲੇਟ ਹੋ ਗਏ ਉਹਦਾ ਪੌਣੇ ਤਿੰਨ ਵਜੇ ਮਕੇਰੀਆਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਖੜੀਆਂ ਕਮੇਟੀ ਪਾ ਗਿਆ ਤੇ ਪਰ ਉੱਥੇ ਡਰਾਈਵਰ ਹੈ ਨਹੀਂਗਾ ਨਹੀਂ ਡਰਾਈਵਰ ਤੇ ਹੋਣਾ ਚਾਹੀਦਾ ਗੱਡੀ ਤੇ ਡਰਾਈਵਰ ਤੇ ਹੋਣਾ ਚਾਹੀਦਾ ਗੱਡੀ ਤੋਂ ਬਗੈਰ ਡਰਾਈਵਰ ਉੱਥੇ ਡਰਾਈਵਰ ਤੋਂ ਬਗੈਰ ਗੱਡੀ ਕਿਵੇਂ ਚਲਾਉਣੀ ਠੀਕ ਹੈ ਨਾ मेरी साल की मेहनत थी बहुत दौड़ भज कर अपने इंजन ते गन्ना लाया मैं जो भी मेनू ठाकर करतार सिंह जी मिल वालों ठीक जो है मुआवजा मिलना चाहिए जी फायर ब्रिगेड की गड्डी असी कॉल किया मकेरियां फायर ब्रिगेड है पर उत्थे कहिंदे ड्राइवर नहीं है जा जो भी है जी सरकार ਨੂੰ ਚਾਹੀਦਾ ਵੀ ਇੱਥੇ ਫਾਇਰ ਬ੍ਰਿਗੇਡ ਸਾਡਾ ਹੋਵੇ ਅਤੇ ਇੱਦਾਂ ਦੀ ਸਰਕਾਰ ਨੂੰ ਕੀ ਕਰਨਾ ਵੀ ਜੇ ਸਾਡੇ ਮਕੇਰੀਆਂ ਦੇ ਵਿੱਚ ਇਹ ਸਰਕਾਰ ਜੋ ਹੈ ਇੱਕ ਫਾਇਰ ਬ੍ਰਿਗੇਡ ਦੇ ਡਰਾਈਵਰ ਨਹੀਂ ਰੱਖਦੀ ਪਈ ਇਹ ਸਰਕਾਰ ਨੂੰ ਮਤਲਬ ਕੀ ਹੈ ਆਪੇ ਹੀ ਸੋਚਣਾ ਚਾਹੀਦਾ ਸਾਡਾ ਕਿੰਨਾ ਇਲਾਕਾ ਪੈਂਦਾ ਹੈ ਤਲਵਾਰਿਓਂ ਗੱਡੀ ਜਾਂ ਉੱਚੀ ਬੱਸੀ ਤੋਂ ਗੱਡੀ ਆਈ ਹੋਵੇਗੀ ਪਰ ਇੰਨੀ ਦੇਰ ਤੋਂ ਇਹ ਸਾਡੇ ਭਰਾ ਦਾ ਜੋ ਹੈ ਬਹੁਤ ਸਾਰਾ ਨੁਕਸਾਨ ਹੋ ਗਿਆ ਮੈਂ ਫਿਰ ਦੁਬਾਰਾ ਬੇਨਤੀ ਕਰਾਂਗਾ ਸਰਕਾਰ ਨੂੰ ਵੀ ਔਰ ਮਿਲ ਵਾਲਿਆਂ ਨੂੰ ਵੀ ਵੀ ਇਸ ਭਰਾ ਨੂੰ ਜਿਹੜਾ ਠੀਕ ਮੁਆਵਜ਼ਾ ਜਿਹੜਾ ਦਿੱਤਾ ਜਾਵੇ ਇਹਦੇ ਅੱਗ ਲੱਗਣ ਬਾਤ ਕਰਾਂਗੇ ਹਾਂਜੀ ਅੱਗ ਲੱਗਣ ਦਾ ਕਾਰਨ ਕੀ ਹੋ ਸਕਦਾ ਜੀ ਸਰ ਜੇ ਪ੍ਰੀਕੇ ਪਿੰਡ 2:30 ਵਜੇ ਕਿਸੇ ਦੇ ਕਮਾਦ ਨੂੰ ਅੱਗ ਲੱਗੀ ਤੇ ਕੀ ਕਹਿਣਾ ਚਾਹੁੰਦੇ ਹੋ ਉਸ ਕਿਸਾਨ ਬਾਰੇ ਜੀ ਮੇਰੇ ਵੀ ਧਿਆਨ 'ਚ ਹੁਣੇ ਆਇਆ ਕਿ 2:30 ਵਜੇ ਦੇ ਕਰੀਬ ਜਿਹੜੀ ਆ ਹੁਣ ਤੋਂ ਡੇਢ ਘੰਟਾ ਪਹਿਲਾਂ ਅੱਗ ਲੱਗੀ ਜੋ ਕਿ ਹੁਣ ਫਾਇਰ ਬ੍ਰਿਗੇਡ ਵੱਲੋਂ ਬੁਝਾਈ ਜਾ ਚੁੱਕੀ ਆ ਇਹ ਕੁਝ ਜਸਵੀਰ ਸਿੰਘ ਨਾਲ ਦਾ ਵਿਅਕਤੀ ਆ ਜਿਨ੍ਹਾਂ ਨੇ ਇਹ ਦੱਸਿਆ ਕਿ ਪਿੰਡ ਪੁਰੀਕੇ ਦੇ ਵਿੱਚ ਜਿਹੜੀ ਸੀ ਉਹ ਨਾਲ ਦੇ ਖੇਤ ਜਿਹੜਾ ਜਿੱਥੇ ਝੋਨਾ ਕੱਟਿਆ ਹੋਇਆ ਸੀਗਾ ਉਹਨੂੰ ਅੱਗ ਲਗਾਈ ਗਈ ਆ ਇਹਦੀ ਤਫਤੀਸ਼ ਵਾਸਤੇ ਮੈਂ ਪਟੋਈਆਂ ਕਾ ਪੁਰੀਕੇ ਨੂੰ ਕਹਿਤਾ ਵਾ ਉਹ ਮੌਕਾ ਜਾ ਕੇ ਦੇਖਦੇ ਆ ਅਤੇ ਜੋ ਵੀ ਫੈਕਟ ਸਾਹਮਣੇ ਹੋਣਗੇ ਉਸ ਮੁਤਾਬਕ ਐਸ ਡੀ ਐਮ ਸਾਹਿਬ ਰਾਹੀਂ ਜਿਹੜੀ ਰਿਪੋਰਟ ਡੀ ਸੀ ਨੂੰ ਭੇਜ ਦਿੱਤੀ ਜਾਵੇਗੀ ਧੰਨਵਾਦ